ਤਾਂ ਕੀ ਹੈ ਕਿਹੜਾ ਕੰਪਲੀਮੈਂਟ ਜਿਹੜਾ ਰੂਪੀ ਗਿੱਲ ਨੂੰ ਹੁਣ ਤੱਕ ਬੈਸਟ ਲੱਗਾ ਹੋਵੇਗਾ? ਆਈ ਥਿੰਕ ਸਾਰੇ ਕੰਪਲੀਮੈਂਟ, ਕੋਈ ਵੀ ਮਤਲਬ ਕੰਪਲੀਮੈਂਟ ਮਿਲੇ, ਮਤਲਬ ਪਿਆਰ ਮਿਲਣਾ ਹੀ ਬਹੁਤ ਵੱਡੀ ਗੱਲ ਆ। ਉਹ ਹੈਗੀ ਮੇਰੇ ਵਰਗੀ ਤਾਂ ਥੋੜ੍ਹੀ ਨਹੀਂ ਹੈਗੀ ਵਿਚਾਰੀ, ਬਟ ਉਹ ਲੜਦੀ ਬਹੁਤ ਹੈ, ਬਹੁਤ ਲੜਾਕੀ ਹੈ। ਅਸੀਂ ਜਦੋਂ ਹਾਈ ਬੂ ਕਰ ਰਹੇ ਸੀ, ਐਕਚੁਲੀ ਮੈਨੂੰ ਲੱਗਦਾ ਸਰਗੁਣ ਵੀ ਇਸ ਗੱਲ ਨਾਲ ਐਗਰੀ ਕਰੂਗੀ, ਉਦੋਂ ਮੈਨੂੰ ਲੱਗਦਾ ਆਈ ਥਿੰਕ ਪੈਰਾਂ 'ਤੇ ਮਤਲਬ ਛਾਲੇ ਅਤੇ ਧੁੱਪ ਬਹੁਤ ਸੀ ਕੁੱਤੋਂ, ਅਤੇ ਅਸੀਂ ਮਤਲਬ ਜਦੋਂ ਹੱਥ ਬਾਹਾਂ ਸੁੱਜ ਜਾਣੀ, ਕਿਉਂਕਿ ਪੰਜਾਬ ਆਉਣੀ ਹੈ ਮੈਨੂੰ ਹੁਣ ਤਾਂ, ਜੇ ਤਾਂ ਮੋਹਾਲੀ ਹੋਈ ਹੈ ਤਾਂ ਕੋਲਡ ਕਾਫੀ ਮੈਨੂੰ ਬਹੁਤ ਸਵਾਦ ਲੱਗਦੀ ਹੈ। ਅੱਛਾ, ਮੋਹਾਲੀ? ਹਾਂਜੀ, ਜੇ ਤਾਂ ਮਤਲਬ ਪਿੰਡ ਜਾਵਾਂ ਮੈਂ, ਫਿਰ ਤਾਂ ਮਤਲਬ ਘਰ ਦੀ ਰੋਟੀ ਹੀ ਸਵਾਦ ਲੱਗਦੀ ਹੈ। ਮੈਂ ਪਿੰਨੀਆਂ ਬਹੁਤ ਲੈ ਕੇ ਜਾਂਦੀ ਹਾਂ ਜੀ, ਇਸ ਵਾਰੀ ਮੇਰਾ ਪੂਰਾ ਮਤਲਬ ਟੈਚੀ ਪਿੰਨੀਆਂ ਨਾਲ ਭਰਿਆ ਹੋਇਆ ਸੀਗਾ। ਗੱਭਰੂ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਯਾਨੀ ਸਿਮਰਨ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਮੇਰੇ ਨਾਲ ਹੈ ਪਿਆਰੀ ਜੀ, ਸਾਡੀ ਸਭ ਦੀ ਫੇਵਰੇਟ ਮੁਟਿਆਰ ਰੂਪੀ ਗਿੱਲ, ਉਹਨਾਂ ਦਾ ਸਵਾਗਤ ਕਰਦੇ ਹਾਂ। ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ? ਬਹੁਤ ਵਧੀਆ, ਤੁਸੀਂ ਦੱਸੋ? ਬਹੁਤ ਵਧੀਆ ਜੀ। ਸੋ ਫਿਲਮ ਦੀਆਂ ਪ੍ਰਮੋਸ਼ਨਸ ਚੱਲ ਰਹੀਆਂ ਨੇ, ਪਹਿਲਾਂ ਤਾਂ ਮੈਂ ਇਹੀ ਜਾਣਨਾ ਚਾਹਾਂਗੀ ਕਿ ਫਿਲਮ ਦੀਆਂ ਪ੍ਰਮੋਸ਼ਨਸ ਕਿਵੇਂ ਇੰਜੋਏ ਕਰ ਰਹੇ ਹੋ ਇਸ ਟਾਈਮ ਨੂੰ? ਬਹੁਤ ਜ਼ਿਆਦਾ ਜੀ, ਬਹੁਤ ਜ਼ਿਆਦਾ। ਮੈਂ ਅੱਜ ਸਵੇਰੇ ਵੀ ਕਹਿ ਰਹੀ ਸੀ, ਮੈਂ ਕਹਿ ਰਹੀ ਸੀ ਇਹ ਮੈਨੂੰ ਲੱਗਦਾ ਫਨ ਪਾਰਟ ਆ, ਥੋੜ੍ਹਾ ਜਿਹਾ ਰਿਲੈਕਸ, ਇੱਦਾਂ ਇੱਥੇ ਰਿਲੈਕਸ ਹੋ ਸਕਦੇ ਹਾਂ ਅਤੇ ਰੋਜ਼ ਤਿਆਰ ਹੋਣ ਨੂੰ ਮਿਲਦਾ ਹੈ। ਸੋ ਬਹੁਤ ਵਧੀਆ ਲੱਗ ਰਿਹਾ। ਵਧੀਆ ਲੱਗ ਰਿਹਾ। ਅੱਛਾ, ਜਦੋਂ ਪ੍ਰਮੋਸ਼ਨ 'ਤੇ ਜਾਂਦੇ ਹੋ ਹੈ ਨਾ, ਅਤੇ ਆਡੀਅੰਸ ਵੱਲੋਂ ਰਿਸਪੋਂਸ ਮਿਲ ਰਿਹਾ ਹੋਵੇਗਾ, ਤਾਂ ਕੀ ਹੈ ਕਿਹੜਾ ਕੰਪਲੀਮੈਂਟ ਜਿਹੜਾ ਰੂਪੀ ਗਿੱਲ ਨੂੰ ਹੁਣ ਤੱਕ ਬੈਸਟ ਲੱਗਾ ਹੋਵੇਗਾ? ਆਈ ਥਿੰਕ ਸਾਰੇ ਕੰਪਲੀਮੈਂਟ, ਕੋਈ ਵੀ ਮਤਲਬ ਕੰਪਲੀਮੈਂਟ ਮਿਲੇ, ਮਤਲਬ ਪਿਆਰ ਮਿਲਣਾ ਹੀ ਬਹੁਤ ਵੱਡੀ ਗੱਲ ਆ। ਜ਼ਰੂਰ ਇੱਕ ਕੰਪਲੀਮੈਂਟ ਤਾਂ ਨਹੀਂ, ਬਟ ਆਈ ਥਿੰਕ ਸਾਰੇ ਓਵਰਆਲ ਰਿਸਪੋਂਸ ਫਿਲਮ ਨੂੰ ਲੈ ਕੇ ਵੀ ਨਾ ਬਹੁਤ ਵਧੀਆ ਜਾ ਰਿਹਾ ਹੈ। ਸੋ ਓਵਰਆਲ ਮੈਂ ਆਮ ਵੈਰੀ ਹੈਪੀ। ਅੱਛਾ, ਫਿਲਮ ਦੇ ਉੱਤੇ ਆਉਂਦੇ ਹਾਂ, ਫਿਲਮ ਦੇ ਵਿੱਚ ਜਿਹੜਾ ਤੁਹਾਡਾ ਕਰੈਕਟਰ ਆ, ਅੱਛਾ ਰੂਪੀ ਗਿੱਲ ਨੂੰ ਵੈਸੇ ਤਾਂ ਅਸੀਂ ਵੇਖਿਆ ਆ, ਬਟ ਇਹ ਰੂਪ ਅਸੀਂ ਨਹੀਂ ਵੇਖਿਆ ਰੂਪੀ ਦਾ, ਹੈ ਨਾ, ਲੜ ਰਹੀ ਹੈ ਪੂਰਾ, ਹੈ ਨਾ। ਸੋ ਉਹਦੇ ਬਾਰੇ ਜਾਣਨਾ ਚਾਹਾਂਗੀ ਕਿ ਕਿਸ ਤਰ੍ਹਾਂ ਆਫਰ ਹੋਇਆ ਇਹ ਰੋਲ, ਕੀ ਕਹਾਣੀ ਹੈ ਇਹਦੇ ਪਿੱਛੇ? ਮੈਂ ਐਕਚੁਲੀ ਵੈਸੇ ਵਨ ਲਾਈਨਰ ਹੀ ਸੁਣੀ ਸੀਗੀ ਸਰਗੁਣ ਤੋਂ, ਐਂਡ ਉਹਨਾਂ ਨੇ ਮੈਨੂੰ ਜਦੋਂ ਦੱਸਿਆ ਕਾਸਟ ਬਾਰੇ, ਐਂਡ ਆਫਕੋਰਸ ਸਰਗੁਣ ਨੇ ਵਿੱਚ, ਐਂਡ ਅੰਬਰ ਭਾਅ ਜੀ ਨੇ ਲਿਖੀ ਆ, ਅੰਬਰਦੀਪ ਜੀ ਨੇ, ਅਤੇ ਦੈਨ ਮੈਂ ਤਾਂ ਆਫਕੋਰਸ ਰਾਈਟ ਅਵੇ ਹਾਂ ਕਰਤੀ ਸੀ, ਆਈ ਵਾਜ਼ ਲਾਈਕ ਆਫਕੋਰਸ। ਅਤੇ ਮੇਰਾ ਕਰੈਕਟਰ ਉਹ ਥੋੜ੍ਹਾ ਜਿਹਾ ਮਤਲਬ ਉਹ ਹੈਗੀ ਮੇਰੇ ਵਰਗੀ ਤਾਂ ਥੋੜ੍ਹੀ ਨਹੀਂ ਹੈਗੀ ਵਿਚਾਰੀ, ਬਟ ਉਹ ਲੜਦੀ ਬਹੁਤ ਆ, ਬਹੁਤ ਲੜਾਕੀ ਆ, ਸੋ ਉਹ ਥੋੜ੍ਹੀ ਜਿਹੀ ਡਿਫਰੈਂਟ ਆ, ਬਟ ਬਹੁਤ ਮਜ਼ਾ ਆਇਆ ਸੀ। ਹੁਣ ਸਾਡਾ ਗਾਣਾ ਵੀ ਆਇਆ ਹਾਈ ਬੂ, ਅਤੇ ਉਹਦੇ ਵਿੱਚ ਵੀ ਜਿੰਨਾ ਕੁ ਅਸੀਂ ਲੜੇ ਹਾਂ ਉਸ ਐਕਚੁਅਲ 'ਚ ਲੜੇ ਹਾਂ, ਪਰ ਮਜ਼ਾ ਬਹੁਤ ਆਇਆ ਜਦੋਂ ਅਸੀਂ ਡਾਂਸ ਵੀ ਕੀਤਾ, ਸਾਰਾ ਕੁਛ ਬਹੁਤ ਫਨ ਸੀ ਓਵਰਆਲ। ਅੱਛਾ, ਕੈਟ ਫਾਈਟ ਚੱਲ ਰਹੀ ਆ ਹਾਈ ਬੂ ਗਾਣੇ ਦੇ ਵਿੱਚ? ਹਾਂਜੀ ਪੂਰੀ। ਅੱਛਾ, ਕੋਈ ਸੱਟ ਫੇਟ ਤਾਂ ਨਹੀਂ ਲੱਗੀ ਜਦੋਂ ਸ਼ੂਟ ਕਰ ਰਹੇ ਸੀਗੇ? ਅਸੀਂ ਜਦੋਂ ਹਾਈ ਬੂ ਕਰ ਰਹੇ ਸੀ, ਐਕਚੁਅਲੀ ਮੈਨੂੰ ਲੱਗਦਾ ਸਰਗੁਣ ਵੀ ਇਸ ਗੱਲ ਨਾਲ ਐਗਰੀ ਕਰੂਗੀ, ਉਦੋਂ ਮੈਨੂੰ ਲੱਗਦਾ ਆਈ ਥਿੰਕ ਬਹੁਤ ਜ਼ਿਆਦਾ ਗਰਮੀ ਸੀ, ਅਪ੍ਰੈਲ ਮਈ ਦੇ ਵਿੱਚ ਸ਼ੂਟ ਕੀਤੀ ਔਰ ਬੋਰ ਅਸੀਂ ਸ਼ੂਟ ਕੀਤਾ, ਅਤੇ ਸਾਡੇ ਮਤਲਬ ਪੂਰਾ, ਕਿਉਂਕਿ ਅਸੀਂ ਇੱਕ ਦੂਸਰੇ ਨੂੰ ਦੇਖ ਕੇ ਇੰਨਾ ਪੰਪ ਅਪ ਹੁੰਦੇ ਸੀਗੇ, ਇੰਨਾ ਐਨਰਜੀ ਵਾਲਾ ਗਾਣਾ ਆ, ਤਾਂ ਸਾਡੇ ਪੈਰਾਂ 'ਤੇ ਮਤਲਬ ਛਾਲੇ ਅਤੇ ਧੁੱਪ ਬਹੁਤ ਸੀ ਕੁੱਤੋਂ, ਅਤੇ ਅਸੀਂ ਮਤਲਬ ਜਦੋਂ ਹੱਥ ਬਾਹਾਂ ਸੁੱਜ ਜਾਣੀ, ਕਿਉਂਕਿ ਉੱਥੇ ਚੂੜਾ ਪਾਇਆ ਸੀਗਾ, ਅਤੇ ਚੂੜੇ ਨਾਲ ਕਈ ਸੀਨਸ ਐਕਚੁਅਲੀ ਜਿਹੜੇ ਵਿੱਚ ਨਹੀਂ ਹੈਗੇ ਉਸ ਗਾਣੇ ਦੇ, ਬਟ ਉਹ ਪ੍ਰੋਪਰ ਇੱਕ ਦੂਸਰੇ ਨਾਲ ਲੜ ਰਹੀਆਂ, ਅਤੇ ਮੇਰੇ ਤਾਂ ਪੂਰੇ ਮਤਲਬ ਨਿਸ਼ਾਨ ਪੈ ਗਏ ਸੀ ਉਸ ਗਾਣੇ 'ਚ। ਹਾਂਜੀ, ਸੋ ਬਹੁਤ ਜ਼ਿਆਦਾ ਮਤਲਬ ਮਤਲਬ ਮਿਹਨਤ ਕੀਤੀ, ਬਟ ਉਹ ਗਾਣਾ ਬਹੁਤ ਵਧੀਆ ਨਿਕਲ ਗਿਆ। ਹਾਂ, ਹੁਣ ਰਿਸਪੋਂਸ ਵੀ ਵਧੀਆ ਆ ਰਿਹਾ ਹੈ ਨਾ, ਲੋਕ ਜਿਹੜੇ ਮੈਂ ਵੇਖ ਰਹੀ ਸੀਗੀ ਕਿ ਬਹੁਤ ਸਾਰੀਆਂ ਨਾ ਸਕਰੋਲ ਜਦੋਂ ਕਰਦੇ ਹਾਂ ਅਸੀਂ ਬੈਕ ਟੂ ਬੈਕ, ਨਾ ਇਹ 3-4 ਵੀਡੀਓਜ਼ ਆਈਆਂ ਹਾਈ ਬੂ ਗੀਤ ਦੀਆਂ, ਤੇ ਮੈਂ ਕਿਹਾ ਚਲੋ ਇੱਕ ਸਾਈਡ ਅੰਬਾਨੀਆਂ ਦਾ ਵਿਆਹ ਚੱਲ ਰਿਹਾ, ਇੱਕ ਸਾਈਡ ਸਾਡੇ ਵੀ ਚੱਲ ਰਿਹਾ। ਸਹੀ ਗੱਲ ਹੈ, ਸਹੀ ਗੱਲ ਹੈ। ਸੋ ਆਲ ਓਵਰ ਜੇ ਅਸੀਂ ਗੱਲ ਕਰੀਏ, ਫਿਲਮ ਜਿਹੜੀ ਹੈ ਉਹ ਗਰਮੀਆਂ ਦੇ ਵਿੱਚ ਜਿਵੇਂ ਸ਼ੂਟ ਹੋਈ, ਤਾਂ ਕੀ ਦਿੱਕਤਾਂ ਜਿਹੜੀਆਂ ਨੇ ਫੇਸ ਕਰਨੀਆਂ ਪੈਂਦੀਆਂ ਆਰਟਿਸਟ ਨੂੰ, ਸਪੈਸ਼ਲੀ ਫੀਮੇਲ ਆਰਟਿਸਟ ਨੂੰ? ਆਈ ਥਿੰਕ ਮਤਲਬ
ਗਰਮੀ 'ਚ ਕੋਈ ਵੀ ਕੰਮ ਹੋਵੇ, ਮਤਲਬ ਸਿਰਫ ਆਈ ਥਿੰਕ ਆਰਟਿਸਟ ਨਹੀਂ, ਉੱਦਾਂ ਬਾਹਰ ਵੀ ਕੰਮ ਕਰਨਾ, ਜਦੋਂ ਆਪਾਂ ਲੇਬਰ ਕੋਈ ਵੀ ਕੰਮ ਕਰਦੇ ਹਾਂ, ਆਫਕੋਰਸ ਬਹੁਤ ਜ਼ਿਆਦਾ ਹਾਰਡ ਹੁੰਦਾ ਆ ਹੀਟ ਦੇ ਨਾਲ, ਆਈ ਥਿੰਕ ਠੰਡ 'ਚ ਵੀ ਬਹੁਤ ਹਾਰਡ ਹੁੰਦਾ ਹੈ, ਕੋਈ ਵੀ ਵੈਦਰ ਜਦੋਂ ਐਕਸਟ੍ਰੀਮ ਹੁੰਦਾ ਹੈ ਤਾਂ ਹਾਰਡ ਤਾਂ ਹੁੰਦਾ ਹੀ ਹੈ ਥੋੜ੍ਹਾ ਬਹੁਤਾ, ਬਟ ਨਹੀਂ ਆਈ ਥਿੰਕ ਅਸੀਂ ਇੰਜੋਏ ਇੰਨਾ ਜ਼ਿਆਦਾ ਕੀਤਾ ਕਿ ਆਈ ਥਿੰਕ ਉਹ ਸਾਰੀਆਂ ਚੀਜ਼ਾਂ ਅਸੀਂ ਸੱਚੀ ਭੁੱਲ ਚੁੱਕੇ ਹਾਂ। ਅੱਛਾ ਇੱਕ ਸਵਾਲ ਮੇਰਾ ਇਹ ਵੀ ਸੀਗਾ ਕਿ ਤੁਸੀਂ ਨਾ ਬਹੁਤ ਘੱਟ ਪ੍ਰੋਜੈਕਟ ਕਰਦੇ ਹੋ, ਇਹਦਾ ਕੀ ਰੀਜ਼ਨ ਹੈ ਕਿ ਸਪੈਸੀਫਿਕ ਕਿ ਹਾਂ ਚੋਣਵੇਂ ਹੀ ਪ੍ਰੋਜੈਕਟ ਕਰਾਂ, ਜਾਂ ਫਿਰ ਇਹ ਹੁੰਦਾ ਹੈ ਕਿ ਨਹੀਂ ਸਾਲ 'ਚ ਇੱਕ ਹੀ ਕਰੀਏ, ਮਤਲਬ ਠੀਕ ਆ ਓਕੇ ਆ ਜੀ ਸੈਟਿਸਫਾਈ ਹਾਂ ਮੈਂ ਇੱਦਾਂ ਦਾ ਤਾਂ ਕੋਈ, ਮਤਲਬ ਮੈਂ ਇੱਦਾਂ ਨਹੀਂ ਸੋਚਿਆ ਹੋਇਆ ਕਿ ਵੀ ਸਾਲ 'ਚ ਇੱਕੋ ਹੀ ਕਰਨਾ ਆ ਜਾਂ ਇੰਨੇ ਹੀ ਕਰਨੇ ਆ। ਆਈ ਥਿੰਕ ਇਹ ਹੈ ਕਿ ਮਤਲਬ ਵਧੀਆ ਕੁਆਲਿਟੀ ਵਾਲਾ ਕੰਮ ਕਰਾਂ, ਸਮਟਾਈਮਸ ਨਹੀਂ ਹੁੰਦਾ ਹੈਗਾ ਉਹ, ਮਤਲਬ ਸਮਟਾਈਮਸ ਉਹ ਨਹੀਂ ਚੀਜ਼ ਹੁੰਦੀ, ਪਰ ਸਮਟਾਈਮਸ ਮਤਲਬ ਕੋਸ਼ਿਸ਼ ਮੇਰੀ ਇਹ ਹੈ ਕਿ ਵਧੀਆ ਕੁਆਲਿਟੀ ਵਾਲਾ ਕੰਮ ਹੀ ਹੋਵੇ ਜੀ। ਅੱਛਾ ਤੁਸੀਂ ਜਿਵੇਂ ਜ਼ਿਆਦਾ ਬਾਹਰ ਰਹਿੰਦੇ ਹੋ ਤਾਂ ਇਹ ਹੁੰਦਾ ਕਿ ਕਈ ਵਾਰੀ ਪ੍ਰੋਜੈਕਟ ਇਸ ਕਰਕੇ ਛੱਡਣੇ ਪੈਂਦੇ ਆ ਕਿ ਮੈਂ ਨਹੀਂ ਆ ਸਕਦੀ ਹਾਂ ਇੰਡੀਆ? ਨਹੀਂ ਜੀ, ਇਹਦੇ ਕਰਕੇ ਤਾਂ ਕਦੇ ਨਹੀਂ ਹੋਇਆ ਹੈਗਾ, ਨੋ ਮੈਂ ਹਮੇਸ਼ਾ ਅਵੇਲੇਬਲ ਹੁੰਦੀ ਹਾਂ, ਅਤੇ ਪੰਜਾਬ 'ਚ ਆ ਕੇ ਸ਼ੂਟ ਕਰਨ ਤਾਂ ਸਭ ਤੋਂ ਜ਼ਿਆਦਾ ਮਜ਼ਾ ਇੱਥੇ ਹੀ ਆਉਂਦਾ ਆ, ਸੱਚੀ ਦੱਸਾਂ ਤਾਂ ਇੱਦਾਂ ਇੱਦਾਂ ਕਦੇ ਨਹੀਂ ਹੋਇਆ ਹੈਗਾ। ਅੱਛਾ ਜਦੋਂ ਪੰਜਾਬ ਆਉਂਦੇ ਹੋ ਤਾਂ ਸਭ ਤੋਂ ਪਹਿਲੀ ਚੀਜ਼ ਕਿਹੜੀ ਕਰਦੀ ਆ ਰੂਪੀ ਗਿੱਲ? ਪੰਜਾਬ ਆਉਂਦੀ ਹੈ ਮੈਨੂੰ ਹੁਣ ਤਾਂ, ਜੇ ਤਾਂ ਮੋਹਾਲੀ ਹੋਈ ਹੈ ਤਾਂ ਕੋਲਡ ਕਾਫੀ ਮੈਨੂੰ ਬਹੁਤ ਸਵਾਦ ਲੱਗਦੀ ਆ। ਅੱਛਾ ਮੋਹਾਲੀ? ਹਾਂਜੀ, ਜੇ ਤਾਂ ਮਤਲਬ ਪਿੰਡ ਜਾਵਾਂ ਮੈਂ, ਫਿਰ ਤਾਂ ਮਤਲਬ ਘਰ ਦੀ ਰੋਟੀ ਸਵਾਦ ਲੱਗਦੀ ਹੈ। ਅੱਛਾ ਕੀ ਬਾਤ ਹੈ। ਤੋ ਮਤਲਬ ਕਿਹੜੀਆਂ ਚੀਜ਼ਾਂ ਨੇ ਜਦੋਂ ਰੂਪੀ ਗਿੱਲ ਇੱਥੋਂ ਜਾਂਦੀ ਹੈ ਬਾਹਰ ਤਾਂ ਮਤਲਬ ਉਹ ਚੀਜ਼ਾਂ ਘਰ ਦੀਆਂ ਬਣੀਆਂ ਹੋਈਆਂ ਜਿਹੜੀਆਂ ਆਪਣੇ ਨਾਲ ਲੈ ਕੇ ਜਾਂਦੇ ਹੋ? ਮੈਂ ਪਿੰਨੀਆਂ ਬਹੁਤ ਲੈ ਕੇ ਜਾਂਦੀ ਹਾਂ ਜੀ, ਇਸ ਵਾਰੀ ਮੇਰਾ ਪੂਰਾ ਮਤਲਬ ਟੈਚੀ ਪਿੰਨੀਆਂ ਨਾਲ ਭਰਿਆ ਹੋਇਆ ਸੀਗਾ। ਬਾਕੀ ਮੇਰੇ ਡੈਡੀ ਕਾਫੀ ਕੁਛ ਮੰਗਾ ਲੈਂਦੇ ਆ, ਇੱਥੇ ਸਾਡੇ ਪਿੰਡ ਦੇ ਨੇੜੇ ਇੱਕ ਕਾਫੀ ਫੇਮਸ ਬਰਫੀ ਵਾਲੀ ਦੁਕਾਨ ਆ, ਉੱਥੋਂ ਮਤਲਬ ਹੁਣ ਵੀ ਉਹ ਕਹਿ ਰਹੇ ਸੀਗੇ ਅਸੀਂ ਗਏ ਸੀਗੇ ਤਾਂ ਉੱਥੋਂ ਮੰਗਾਈਆਂ, ਅਤੇ ਮੇਰੀ ਮੰਮੀ ਤਾਂ ਸੂਟ ਹੀ ਮੰਗਾਉਂਦੀ ਹੁੰਦੀ ਆ, ਬਾਕੀ ਸਾਰਿਆਂ ਦਾ ਸਮਾਨ ਲੈ ਕੇ ਜਾਂਦੀ, ਮੈਂ ਆਪਦੇ ਲਈ ਘੱਟ ਲੈ ਕੇ ਜਾਂਦੀ, ਪਰ ਪਿੰਨੀਆਂ ਮੈਂ ਜ਼ਰੂਰ ਲੈ ਕੇ ਜਾਂਦੀ ਹਾਂ ਹਰ ਵਾਰ। ਅੱਛਾ ਮਤਲਬ ਤੁਸੀਂ ਪਿੰਨੀਆਂ ਖਾਂਦੇ ਹੋ, ਹੈ ਬਰਫੀ ਖਾਂਦੇ ਹੋ ਤਾਂ ਫਿਰ ਵੀ ਇੰਨੇ ਫਿੱਟ? ਨਹੀਂ ਫਿੱਟ ਤਾਂ ਕਿਉਂ, ਮੈਨੂੰ ਤਾਂ ਨਹੀਂ ਲੱਗਦਾ ਮੈਂ ਫਿੱਟ ਹਾਂ। ਨਹੀਂ ਨਹੀਂ ਫਿੱਟ ਹੋ ਬਿਲਕੁਲ ਨਹੀਂ ਜੀ, ਬਸ ਹਾਂ ਮੈਨੂੰ ਖਾਣ ਦਾ ਬੜਾ ਸ਼ੌਂਕ ਹੈ, ਬਹੁਤ ਜ਼ਿਆਦਾ, ਮਤਲਬ ਸਾਰਿਆਂ ਨੂੰ ਹੀ ਹੁੰਦਾ, ਸਾਰੀ ਐਕਟਰੈਸ ਇਹੀ ਕਹਿੰਦੀਆਂ ਕਿ ਉਹਨਾਂ ਨੂੰ ਖਾਣ ਦਾ ਸ਼ੌਂਕ ਹੁੰਦਾ, ਪਰ ਸਾਡੇ ਵਰਗੇ ਕਈ ਹੁੰਦੇ ਮੇਰੇ ਵਰਗੇ, ਹਵਾ ਵੀ ਇਹਨਾਂ ਲੱਗ ਜਾਂਦੀ ਸਾਨੂੰ ਤੇ, ਮੇਰੇ ਤਾਂ ਆਪ ਗੱਲਾਂ ਨੂੰ ਲੱਗ ਜਾਂਦੀ ਹੈ। ਨਹੀਂ ਨਹੀਂ ਤੁਸੀਂ ਤਾਂ ਬਿਲਕੁਲ ਫਿੱਟ ਲੱਗ ਰਹੇ ਹੋ, ਵਧੀਆ ਲੱਗ ਰਹੇ ਹੋ। ਥੈਂਕ ਯੂ ਜੀ। ਅੱਛਾ ਰੂਪੀ, ਫਿਲਮ ਦੀ ਜੇ ਮੈਂ ਦੁਬਾਰਾ ਗੱਲ ਕਰਾਂ ਤਾਂ ਉਹਦੇ ਵਿੱਚ ਜਿੱਦਾਂ ਤੁਹਾਡੀ ਨੋਕ ਜੋਕ ਦਿਖਾਈ ਹੈ ਸਰਗੁਣ ਮੈਮ ਦੇ ਨਾਲ, ਰੀਅਲ ਲਾਈਫ ਦੇ ਵਿੱਚ ਤੁਹਾਡਾ ਕਿਸ ਤਰ੍ਹਾਂ ਦਾ ਬੌਂਡ ਹੈ? ਓਨੈਸਟਲੀ ਮੈਂ ਮਤਲਬ ਉਹ ਇੰਨੇ ਮਤਲਬ ਮੇਰੇ ਤੋਂ ਸੀਨੀਅਰ ਨੇ, ਬਟ ਇੰਨਾ ਸਪੋਰਟਿਵ, ਮਤਲਬ ਮੈਂ ਆਈ ਹੈਵ ਨੈਵਰ ਮੈਟ ਕੋਈ ਇੰਨਾ ਜ਼ਿਆਦਾ ਸਪੋਰਟਿਵ, ਜਿਹੜਾ ਮਤਲਬ ਮੈਂ ਵੈਸੇ ਕੰਮ ਵੀ ਘੱਟ ਕੀਤਾ ਬਟ ਅਜੇ, ਬਟ ਉਹਨਾਂ ਨੇ ਇੰਨੀ ਸਪੋਰਟ ਕੀਤੀ ਨਾ ਮੇਰੀ, ਮਤਲਬ ਹਰ ਇੱਕ ਸੀਨ ਦੇ ਵਿੱਚ ਜਿੱਥੇ ਅਸੀਂ ਇਕੱਠੇ ਹਾਂ ਉਹਨਾਂ ਨੇ ਮੈਨੂੰ ਪਹਿਲਾਂ ਸਮਝਾਇਆ ਆ ਕੁਛ ਨਾ ਕੁਛ, ਉਹਨਾਂ ਨੇ ਮੈਨੂੰ ਐਕਸਪਲੇਨ ਕੀਤਾ ਆ, ਉਹਨਾਂ ਨੇ ਹੈਲਪ ਕੀਤੀ। ਹਾਈ ਬੂ ਦਾ ਵੀ ਆਈ ਥਿੰਕ ਥੋੜ੍ਹੇ ਜਿਹੇ ਬਿਹਾਈਂਡ ਦਾ ਸੀਨਸ ਆਏ ਆ, ਉਹਦੇ ਵਿੱਚ ਵੀ ਮੈਂ ਯਾਦ ਕਰ ਰਹੀ ਸੀ ਕਿ ਉਹਨਾਂ ਨੇ ਉਹਦੇ ਵਿੱਚ ਵੀ ਆਇਆ ਕਿ ਉਹ ਮੈਨੂੰ ਸਮਝਾ ਰਿਹਾ ਕਿ ਮੈਂ ਇੱਦਾਂ ਕਰੂੰਗੀ ਫਿਰ ਤੂੰ ਇੱਥੇ ਇੱਦਾਂ, ਉਹ ਪ੍ਰੋਪਰ ਉਹਨਾਂ ਨੇ ਮੇਰੀ ਸਪੋਰਟ ਕੀਤੀ ਆ, ਸੋ ਬਹੁਤ ਵਧੀਆ ਰਿਹਾ ਐਕਸਪੀਰੀਅੰਸ ਮੇਰਾ ਉਹਨਾਂ ਨਾਲ। ਤਾਂ ਤੁਸੀਂ ਇਹ ਚੀਜ਼ ਮੰਨਦੇ ਹੋ ਕਿ ਜਦੋਂ ਕੋ ਐਕਟਰ ਇਸ ਤਰ੍ਹਾਂ ਦਾ ਹੋਵੇ ਤਾਂ ਜ਼ਿਆਦਾ ਵਧੀਆ ਕੰਮ ਨਿਕਲਦਾ? 100% 110% ਯੈਸ। ਦੁਬਾਰਾ ਕੰਮ ਕਰਨਾ ਚਾਹੋਗੇ? ਆਫਕੋਰਸ ਜੀ, ਮੈਂ ਤਾਂ ਬਾਰ ਬਾਰ ਕੰਮ ਕਰਨਾ ਚਾਹੂੰਗੀ ਉਹਨਾਂ ਨਾਲ। ਕਿਆ ਬਾਤ ਹੈ ਸਰਗੁਣ ਮੈਮ, ਅੱਜ ਤੁਸੀਂ ਵੇਖ ਸਕਦੇ ਹੋ ਤੁਸੀਂ ਦੁਬਾਰਾ ਇਹਨਾਂ ਨੂੰ ਸਾਈਨ ਕਰ ਲਿਓ। ਅੱਛਾ ਅੱਛਾ ਰੂਪੀ, ਰਿਸ਼ਤੇ ਕੀ ਮਾਇਨੇ ਰੱਖਦੇ ਨੇ ਤੁਹਾਡੇ ਲਈ, ਭਾਵੇਂ ਤੁਹਾਡੇ ਪੇਰੈਂਟਸ ਦਾ ਹੋ ਗਿਆ ਭਾਵੇਂ ਦੋਸਤੀ ਹੋ ਗਈ? ਆਈ ਥਿੰਕ ਬਹੁਤ ਜ਼ਿਆਦਾ ਇੰਪੋਰਟੈਂਟ ਨੇ ਜੀ, ਮੈਨੂੰ ਲੱਗਦਾ ਰਿਸ਼ਤੇ ਇੱਕ ਇਨਵੈਸਟਮੈਂਟ ਆ, ਤੁਹਾਨੂੰ ਆਪ ਵੀ ਇਨਵੈਸਟ ਕਰਨਾ ਪੈਂਦਾ ਹੈ ਉਸ ਚੀਜ਼ ਦੇ ਵਿੱਚ, ਭਾਵੇਂ ਪੇਰੈਂਟਸ ਲਾ ਲਓ ਫਰੈਂਡਸ ਲਾ ਲਓ, ਆਈ ਥਿੰਕ ਬਹੁਤ ਜ਼ਿਆਦਾ ਜ਼ਰੂਰੀ ਨੇ ਤੁਹਾਡੀ ਲਾਈਫ 'ਚ। ਜੇ ਮੈਨੂੰ ਲੱਗਦਾ ਆਪਾਂ ਸਿਰਫ ਕੰਮ ਬਾਰੇ ਧਿਆਨ ਦੇਈਏ ਅਤੇ ਆਪਾਂ ਉੱਧਰ ਨਾ ਧਿਆਨ ਦੇਈਏ ਤਾਂ ਲਾਈਫ ਥੋੜ੍ਹੀ ਜਿਹੀ ਐਮਟੀ ਹੁੰਦੀ ਹੈ, ਇੱਕ ਬੈਲੈਂਸ ਬਣਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ, ਰਿਸ਼ਤੇ ਬਹੁਤ ਇੰਪੋਰਟੈਂਟ ਨੇ। ਅੱਛਾ ਇੱਕ ਛੋਟੀ ਜਿਹੀ ਮੈਂ ਤੁਹਾਡੇ ਨਾਲ ਗੇਮ ਖੇਡਣਾ ਚਾਹੁੰਦੀ ਹਾਂ, ਠੀਕ ਹੈ? ਮਤਲਬ ਇੱਕ ਵਰਡ ਬੋਲਣਾ, ਤੁਸੀਂ ਉਹਨੂੰ ਇੱਕ ਲਾਈਨ ਦੇ ਵਿੱਚ ਡਿਸਕ੍ਰਾਈਬ ਕਰਨਾ ਕਿ ਰੂਪੀ ਗਿੱਲ ਲਈ ਉਹ ਕੀ ਹੈ। ਓਕੇ ਸੋ ਰੈਡੀ ਜੀ? ਸਭ ਤੋਂ ਪਹਿਲਾਂ ਇੰਸਟਾਗ੍ਰਾਮ, ਮਿਹਨਤ, ਮਤਲਬ ਫੋਟੋ ਖਿੱਚਣੀਆਂ ਵਗੈਰਾ ਬੜੀਆਂ ਔਖੀਆਂ ਲੱਗਦੀਆਂ ਮੈਨੂੰ, ਬਹੁਤ ਔਖਾ ਲੱਗਦਾ, ਮੈਂ ਬਹੁਤ ਘੱਟ ਪੋਸਟ ਕਰਦੀ ਹਾਂ। ਓਕੇ ਦੋਸਤੀ,
ਉਹੀ ਇਨਵੈਸਟਮੈਂਟ, ਮਾਂ, ਸਭ ਕੁਛ, ਟਰੱਸਟ, ਓਕੇ, ਮੂਵੀਜ਼, ਪਿਆਰ, ਪੰਜਾਬ, ਪਿਆਰ, ਕਿਆ ਬਾਤ ਹੈ। ਸੋ ਲਾਸਟ ਸਵਾਲ ਮੇਰਾ, ਕੀ ਤੁਸੀਂ ਮੇਰੇ ਨਾਲ ਹਾਏ ਬੋ ਗੀਤ 'ਤੇ ਉਹ ਆਪਣਾ ਹੁੱਕ ਸਟੈਪ ਕਰੋ? 100% ਤੁਸੀਂ ਆ ਜਾਓ, ਕਰੀਏ, ਚਲੋ ਗਾਣਾ ਲਾ ਦਿਓ ਬਈ, ਅਸੀਂ ਹਾਏ ਬੋ 'ਤੇ। ਵੈਸੇ ਮੈਨੂੰ ਆਉਂਦਾ ਨਹੀਂ ਗਾ, ਬਹੁਤ ਪਹਿਲਾਂ ਹੀ ਕਰਦਾ, ਬਹੁਤ ਤੁਸੀਂ ਮੈਨੂੰ ਦੱਸ ਦਿਓ, ਠੀਕ ਹੈ? ਹਾਏ ਬੂ, ਹਾਏ ਬੂ, ਇਹ ਤਮਾਸ਼ਾ, ਤਮਾਸ਼ਾ, ਠੀਕ ਹੈ। ਚਲੋ ਆਪਾਂ ਕਰਦੇ ਹਾਂ ਇੱਕ ਸਟੈਪ ਵਾਲਾ, ਆ ਜਾਓ, ਆ ਜਾਓ, ਆ ਜਾਓ। ਡੁੱਬ ਜਾ ਚਡੇਲੇ ਮੇਰਾ, ਬੰਦਾ ਕਾਨੂੰ ਖਾਨੀਏ, ਬਨ ਤੇਰਾ ਮਾਰਚ ਨੂੰ ਫਿਲਮ ਆ ਰਹੀ ਹੈ ਜੱਟ ਨੂੰ ਚੜੇਲ ਟੱਕਰੀ, ਸਾਰਿਆਂ ਨੇ ਫੈਮਿਲੀ ਨਾਲ, ਫਰੈਂਡਸ ਨਾਲ ਜ਼ਰੂਰ ਦੇਖਣ ਜਾਣਾ। ਪਲੀਜ਼ 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 ਜ਼ਰੂਰ ਦੇਖਣ ਜਾਇਓ 15 ਮਾਰਚ ਨੂੰ। ਆਈ ਹੋਪ ਤੁਹਾਡੀ, ਆਈ ਥਿੰਕ, ਮੈਂ ਗਰੰਟੀ ਕਰਦੀ ਤੁਹਾਡੀ ਪੂਰੀ ਫੈਮਿਲੀ ਨੂੰ ਬਹੁਤ ਵਧੀਆ ਲੱਗੂਗੀ ਜੀ ਫਿਲਮ, ਬੱਚਿਆਂ ਨੂੰ ਲੈ ਕੇ ਜਾਇਓ, ਅਤੇ ਪਲੀਜ਼ ਜ਼ਰੂਰ ਦੇਖਣ ਜਾਇਓ ਜੀ। ਸੋ ਥੈਂਕ ਯੂ ਸੋ ਮਚ ਜੀ, ਹੁਣ ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ ਜੀ, ਥੈਂਕ ਯੂ ਸੋ ਸੋ ਮਚ, ਥੈਂਕ ਯੂ ਜੀ।